अच्छा जी, साढ़े भैन होरी बैठे ने, अमरजीत सिंह होरां दे घर दे ने, वाइफ ने। बहुत भैन जी तुहानूं पहलां ते सत श्री अकाल ਸਤਿ और ਸ਼੍ਰੀ ਅਕਾਲ ਭਾਜੀ। ਕੰਗ੍ਰੈਚੁਲੇਸ਼ਨ ਭਾਜੀ ਨੇ ਲਾਇਸੈਂਸ ਕੀਤਾ ਹੈ। ਹਾਂਜੀ ਦੇਖੋ ਉਹਨਾਂ ਦੇ ਹਾਂਜੀ ਲਾਇਸੈਂਸ ਦੀ ਭਾਜੀ। ਵਜ੍ਹਾ ਤੋਂ ਬੇਟੀ ਵੀ ਖੁਸ਼ ਹੈ ਤੇ ਤੁਸੀਂ ਵੀ ਖੁਸ਼ ਹਾਂਜੀ 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 ਅੱਛਾ ਭਾਜੀ। ਜੀ, ਤੇ ਸੁਣਾਓ ਠੀਕ ਠਾਕ? ਮਤਲਬ ਇਜ਼ੀਲੀ ਹੋ ਗਿਆ ਪਤੈਂਤੇ ਦੇ ਹਾਂਜੀ ਦੌਰਾਨ? ਹਾਂਜੀ ਥੋੜਾ ਜਿਹਾ ਟੈਨਸ਼ਨ ਤੇ ਨਹੀਂ ਸੀ ਬਹੁਤੀ ਲੰਦੇ ਘਰ ਚ? ਹਾਂਜੀ ਬਹੁਤ ਡਰਦੇ ਸੀਗੇ, ਇਹ ਤਾਂ ਬਹੁਤ ਡਰਦੇ ਸੀ, ਕਹਿੰਦੇ ਵੀ ਸਾਰਨੇ ਹੀ ਪਾਸ ਕਰਾਉਣਾ ਹੁਣ ਮੈਨੂੰ। ਅੱਛਾ ਜੀ, ਅੱਛਾ, ਹਾਂਜੀ, ਚਲੋ ਉਹਨਾਂ ਦੀ ਮਾਸ਼ਾ ਦੁਆ ਨਹੀਂ ਪਾਸ ਕਰਾਉਣਾ ਆ, ਜਿੱਦਾਂ ਇਹ ਡਰਦੇ ਬਹੁਤ ਸੀਗੇ। ਠੀਕ ਹੈ ਜੀ, ਬਹੁਤ ਬਹੁਤ ਹਾਂਜੀ ਮੁਬਾਰਕ ਹੋਏ ਜੀ, ਆਪੀ ਰਾਣ। ਹਾਂਜੀ ਥੈਂਕ ਯੂ ਹਾਂਜੀ, ਜੀ, ਥੈਂਕ ਥੈਂਕ ਯੂ ਜੀ। ਮਾਸ਼ਾ ਅੱਲਾ। ਇਹ ਜੀ ਅਮਰਜੀਤ ਅੰਮ੍ਰਿਤ ਸਿੰਘ ਚੱਲ। ਸਾਹਿਬ ਨੇ, ਜਲੰਧਰ ਹਾਂਜੀ ਇੰਡੀਆ ਔਰ ਪਾਕ ਇੱਥੇ ਇਟਲੀ ਬਾਰੀ ਤੂੰ ਨੇ, ਤੇ ਕਿਸ ਤਰ੍ਹਾਂ ਮਤਲਬ ਕੈਸੀ ਰਹੀ ਇਹਨਾਂ ਦੀ ਪੜ੍ਹਾਈ? ਈਜ਼ੀਲੀ ਪੜ੍ਹਦੇ ਰਹੇ, ਚੱਲਦੇ ਰਹੇ, ਜਾਂ ਸੋੜੇ ਪੈਂਦੇ ਸੀ ਬਹੁਤ ਵਿੱਚ ਵਿੱਚ, ਮੈਨੂੰ ਛੱਡ ਦੇਣਾ ਮੈਂ? ਨਹੀਂ 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 ਜੀ, ਪੜ੍ਹਦੇ ਰਹੇ ਲਗਾਤਾਰ, ਬਹੁਤ ਮਿਹਨਤ ਕਰਦੇ ਸੀ, ਇਕੱਲੇ ਬਹਿ ਕੇ ਪੜ੍ਹਦੇ ਸੀ ਕਿਉਂਕਿ ਛੋਟੇ ਬੱਚੇ ਆ ਦੋ। ਅੱਛਾ ਜੀ, ਹਾਂਜੀ, ਤੇ ਇਕੱਲੇ ਜੌਬ ਬੈਠ ਤੇ ਕੇ ਕਿਤਨਾ ਪੜ੍ਹਦੇ ਟਾਈਮ ਸੀ। ਦਿੰਦੇ ਸੀ? ਔਰ ਤੇ ਜੌਬ ਤੇ ਫਿਰ ਰਾਤ ਨੂੰ ਜੀ 7:30-8 ਵਜੇ ਰੋਟੀ ਖਾ ਕੇ, ਤੇ ਫਿਰ ਤੋਂ ਬਾਅਦ ਇਕੱਲੇ ਬਹਿ ਕੇ ਕਲਾਸ ਲਾਉਂਦੇ ਸੀ ਆਪਣੀ, ਰਾਤ ਦੇ ਅੱਛਾ 12:30 ਵਜੇ ਤੱਕ ਵੀ ਬੈਠੇ ਰਹਿੰਦੇ ਸੀ, 11 ਵਜੇ 11:30 ਵਜੇ ਤੱਕ। ਅੱਛਾ, ਤੇ ਕਦੀ ਹਾਂਜੀ ਇੰਜ ਵੀ ਹੋਇਆ ਭੈਣ ਜੀ ਕਿ ਗਲਤੀਆਂ ਬਿਲਕੁਲ ਜ਼ੀਰੋ ਆਈ ਹੋਵੇ, ਜਾਂ ਇੱਕ ਦੋ ਫਿਰ ਬੜੇ ਹਾਂਜੀ ਗੁੱਸੇ ਹਾਂਜੀ ਹੋਏ ਫਿਰ ਆਉਂਦੀਆਂ ਇਹਨਾਂ ਨਾਰਾ ਸੀਗੀਆਂ, ਮਾਰਿਆ ਮਗਰ ਹੋਵੇ? ਉਦਾਂ ਆਪਾਂ ਕੋਲ ਬੈਠ ਕੇ ਨਹੀਂ ਪੜ੍ਹਿਆ ਨਹੀਂ ਹੈਗਾ, ਮਗਰ ਉਦਾਂ ਇਦਾਂ ਗਲਤੀ ਵਗੈਰਾ ਦੇਖਣ ਜਾਈਦੀ ਸੀ ਕਿ ਹਾਂ ਅੱਜ 0 ਗਲਤੀ ਆਈ ਹੈ, ਵਧੀਆ ਆ। ਅੱਛਾ, ਹਾਂਜੀ ਜਦੋਂ ਜ਼ੀਰੋ ਗਲਤੀ ਆਉਂਦੀ ਫਿਰ ਬਹੁਤ ਖੁਸ਼ ਹੁੰਦੇ ਸੀ? ਹਾਂਜੀ, ਬਹੁਤ ਖੁਸ਼ ਹੋਈਦਾ ਸੀ। ਵੇਖੋ ਨਾ ਸਾਡੀਆਂ ਹਾਂਜੀ ਖੁਸ਼ੀਆਂ ਫਿਰ ਇੰਜ ਹੋਈ ਨੇ ਜੀ, ਗਲਤੀਆਂ ਹਾਂਜੀ। ਜ਼ੀਰੋ ਆ ਗਈਆਂ ਤਾਂ ਅਸਲਾਮ ਖੁਸ਼ ਹੋ ਗਏ। ਅਲੈਕੁਮ ਸਲਾਮ, ਹਾਂਜੀ ਸੱਜੀ ਹਾਂਜੀ, ਬਹੁਤੀਆਂ ਬਹੁਤੀਆਂ ਅੱਛਾ ਜੀ, ਮੁਬਾਰਕਾਂ ਹੁਣ ਭੈਣ ਹੋਰਾਂ ਨੂੰ, ਬਹੁਤੀਆਂ ਬਹੁਤੀਆਂ ਮੁਬਾਰਕਾਂ। ਹਾਂਜੀ, ਥੈਂਕ ਯੂ ਜੀ, ਭਾਈ ਹੋਰਾਂ ਨੂੰ ਵੀ ਬਹੁਤਾਂ ਹਾਂਜੀ ਬਹੁਤੀਆਂ ਮੁਬਾਰਕਾਂ ਸਰ ਜੀ। ਮਾਸ਼ਾ ਅੱਲਾ। ਅੱਛਾ, ਤੁਸਾਂ ਕੋਲ ਵੀ ਸਿਸਟਰ ਲਾਇਸੈਂਸ ਨਹੀਂ ਆਇਆ ਜਾਂ ਹੈਗਾ? ਨਹੀਂ, ਮੈਂ ਹੁਣ ਇਹਨਾਂ ਨੇ ਕਰ ਲਿਆ ਕਿਉਂਕਿ ਮੈਂ ਥੋੜਾ ਠੀਕ ਨਹੀਂ ਰਹਿੰਦੀ ਹੁਣ, ਜਿੱਦਾਂ ਮੈਂ ਅੱਛਾ, ਐਡਮਿਸ਼ਨ ਲੈਣੀ ਆ ਹੁਣ, ਮੈਂ ਪੜ੍ਹਨਾ ਤੁਹਾਡੇ ਕੋਲੋਂ। ਜ਼ਰੂਰ ਜ਼ਰੂਰ। ਅੱਛਾ, ਤੁਸਾਂ ਮਤਲਬ ਕੈਸਲ ਪਹਿਲਾਂ ਲਾਇਸੈਂਸ ਤੋਂ ਪਹਿਲੇ ਕਾਫੀ ਮੁਸ਼ਕਲ ਸੀਗਾ ਚੱਲ ਰਿਹਾ ਨਿਜ਼ਾਮ, ਜਾਂ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸੀਗੇ? ਨਹੀਂ ਜੀ, ਤੁਸੀਂ ਬੜਾ ਸਿਖਾਉਂਦੇ, ਤੁਸੀਂ ਬਹੁਤ ਵਧੀਆ ਆ, ਜਿੱਦਾਂ ਹਨਾ ਕਿ ਸਮਝਾਉਂਦੇ ਬਹੁਤ ਵਧੀਆ ਹੈ, ਇੱਕ ਬੋਲਣ ਦਾ ਜਿੱਦਾਂ ਬਹੁਤ ਵਧੀਆ ਲੱਗਦਾ ਹੈ, ਜਿੱਦਾਂ ਉਦਾਂ ਨਹੀਂ ਆਪਾਂ ਕਿਉਂਕਿ ਇਕੱਲੇ ਪੜ੍ਹਦੇ ਸੀ, ਇਹਨਾਂ ਨੇ ਇੱਕ ਜਣੇ ਨੇ ਪੈਸੇ ਕੀਤੇ ਸੀ ਨਾ, ਅਸੀਂ ਆਪਾਂ ਨਹੀਂ ਦੋ ਜਣੇ ਪੜ੍ਹ ਸਕਦੇ ਹਨਾ, ਤੇ ਉਦਾਂ ਬੋਲਦੇ ਤੁਸੀਂ ਬਹੁਤ ਵਧੀਆ ਆ, ਸਿਖਾਉਂਦੇ ਹੀ ਬਹੁਤ ਵਧੀਆ ਆ। ਅੱਛਾ ਜੀ, ਮੈਂ ਸ਼ੁਕਰੀਆ ਤਾਂ ਤੁਹਾਡੀ ਜੀ ਆਵਾਜ਼ ਸੁਣਨ ਆਉਂਦੀ ਹੁੰਦੀ ਸੀ ਫੋਨ ਤੇ, ਕਹਿਣਾ ਮੈਨੂੰ ਸਿਰਫ ਆਵਾਜ਼ ਹੀ ਸੁਣਾ ਦਿਓ, ਉਦਾਂ ਮੈਂ ਸਿੱਖਣਾ ਨਹੀਂ ਹਲੇ। ਅੱਛਾ, ਮਾਸ਼ਾ ਅੱਲਾ, ਜਜ਼ਾਕ ਅੱਲਾ, ਤੁਹਾਨੂੰ ਅੱਲਾ ਬਹੁਤ ਹਾਂਜੀ ਖੁਸ਼ ਰੱਖੇ ਜੀ, ਇਤਨਾ ਹਾਂਜੀ ਜ਼ਿਆਦਾ ਤੁਸੀਂ ਹਾਂਜੀ ਹੌਸਲਾ ਅਫਜ਼ਾਈ ਵੀ ਕਰਦੇ ਹੋ, ਬਹੁਤ ਸ਼ੁਕਰੀਆ ਜੀ। ਅੱਛਾ, ਹਾਂਜੀ ਤੇ ਮੇਰਾ ਇਹ ਸੀ ਕੁਐਸਚਨ ਕਿ ਕਿਸ ਤਰ੍ਹਾਂ ਮਤਲਬ ਘਰ ਦੇ ਮਾਮਲਾਤ ਵਿੱਚ ਕਿਰੇ ਜਾਣਾ ਪੈਂਦਾ ਸੀ ਗੱਡੀ ਤੋਂ ਬਗੈਰ, ਕਿਸ ਤਰ੍ਹਾਂ ਫਿਰ ਕਵਰ ਕਰਦੇ ਸੀ? ਨਹੀਂ ਜੀ, ਅਸੀਂ ਉੱਦੇ ਜਾਂਦੇ ਰਹੇ ਆ, ਬਿਨਾਂ ਲਾਇਸੈਂਸ ਤੋਂ ਜਾਂਦੇ ਰਹੇ ਆ, ਅੱਛਾ, ਤੇ ਥੋੜਾ ਜਿੱਦਾਂ ਆਪਾਂ ਏਰੋਸਪੇਨ ਵਗੈਰਾ ਪਹਿਨੀ ਵਗੈਰਾ ਜਾਈਦਾ ਹੁੰਦਾ ਸੀ, ਬਾਕੀ ਜਿੱਦਾਂ ਮੇਰੇ ਮਾਲਕ ਸਾਨੂੰ ਲੈ ਜਾਂਦੇ ਹੁੰਦੇ ਸੀਗੇ। ਹਾਂ, ਅੱਛਾ, ਚਲੋ ਹਾਂਜੀ, ਜੀ, ਜਿੱਦਾਂ ਲਾਗੇ ਲਾਗੇ ਜਾਣਾ ਤਾਂ ਫਿਰ ਆਪਣੀ ਗੱਡੀ ਲੈ ਜਾਣੀ, ਗੱਡੀ ਰੱਖੀ ਨੂੰ ਤਾਂ ਸਾਨੂੰ 5-6 ਸਾਲ ਹੋ ਗਏ ਆ, ਤੇ ਪਰ ਲਾਇਸੈਂਸ ਹੈ ਨਹੀਂ ਸੀਗਾ। ਆਵੋ ਦੀ ਵਜ੍ਹਾ ਤੋਂ ਕਾਫੀ ਮੁਸ਼ਕਿਲ ਬਣੀ ਸੀ। ਹਾਂਜੀ, ਬਹੁਤ ਅੱਛਾ ਮੁਸ਼ਕਲ ਜੀ, ਸੀਗੀ। ਚਲੋ ਹਾਂਜੀ, ਬੜੀ ਖੁਸ਼ੀ ਹੋਈ ਹੈ, ਇੱਕ ਸਹੂਲਤ ਬਣ ਗਈ ਹੈ, ਇੱਕ ਮੁਸ਼ਕਿਲ ਹੱਲ ਹੋ ਗਈ ਹੈ ਜੀ। ਹਾਂਜੀ ਠੀਕ ਹੈ, ਹਾਂਜੀ ਅਮਰਜੀਤ ਹਾਂਜੀ ਸਿੰਘ ਸਾਹਿਬ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਇਹਨਾਂ ਨੇ। ਹਾਂਜੀ, ਨਹੀਂ ਸਰ ਤੁਹਾਨੂੰ ਹੀ ਆ ਕਿਤਨੇ, ਜ਼ਿਆਦਾ ਜੀ। ਹਾਂਜੀ, ਸ਼ੁਕਰੀਆ ਜੀ। ਕਿਤਨੇ ਟਾਈਮ 'ਚ ਇਹਨਾਂ ਕਰ ਲਿਆ ਲਾਇਸੈਂਸ? ਇਹਨਾਂ ਨੇ 6-7 ਮਹੀਨੇ ਲਾਤੇ, ਜਿੱਦਾਂ ਹਨਾ 6-7 ਕੁ ਮਹੀਨੇ ਲੱਗ ਅੱਛਾ, ਗਏ ਆ, ਉਹ ਵੀ ਅੱਛਾ ਕਿਉਂਕਿ ਸਰ, ਵਿੱਚ ਫਿਰ ਮੈਂ ਜਿੱਦਾਂ ਠੀਕ ਨਹੀਂ ਰਹਿੰਦੀ, ਮੈਨੂੰ ਜਿੱਦਾਂ ਪ੍ਰੋਬਲਮ ਆ, ਗਠੀਆ ਹੋਇਆ ਆ, ਮੈਂ ਫਿਰ ਇੰਡੀਆ ਵਿੱਚ ਚੱਲ ਗਈ ਸੀ, ਫਿਰ ਇਹਨਾਂ ਨੇ ਕੰਮ ਵੀ ਕਰਨਾ ਕਿ ਰੋਟੀ ਪਾਣੀ ਵੀ ਬਣਾਉਣਾ, ਮੈਂ 6 ਮਹੀਨੇ ਇੰਡੀਆ ਰਹਿ ਕੇ ਆਈ ਆ। ਅੱਛਾ ਜੀ, ਉਹ ਕਾਫੀ ਹਾਂਜੀ, ਫਿਰ ਇੰਡੀਆ ਚੱਲ ਗਏ ਸੀ ਤਾਂ ਫਿਰ ਰੋਟੀ ਵੀ ਪਕਾਉਣੀ, ਫੇਰ ਕੰਮ ਤੋਂ ਵੀ ਆਉਣਾ, ਫਿਰ ਇਦਾਂ ਫੇਰ ਕਲਾਸ ਵੀ ਲਾਉਣੀ ਰਾਤ ਨੂੰ ਬਹਿ ਕੇ ਇਕੱਲਿਆਂ ਨੇ। ਠੀਕ ਹੈ ਜੀ। ਹਾਂਜੀ, ਕਿਤਨਾ ਟਾਈਮ ਬਾਅਦ ਕਹਿ ਸਕਦੇ ਹੋ ਕਿ ਇਹਨਾਂ ਦੀਆਂ ਗਲਤੀਆਂ ਘਟ ਗਈਆਂ, ਔਰ ਇਹ ਵੀ ਇਹਨਾਂ ਨੂੰ ਲੱਗਾ ਕਿ ਹਿਊਮਨ ਪੇਪਰ ਦੇ ਦੇਣਾ ਚਾਹੀਦਾ ਹੈ? ਇਹ ਤਾਂ ਬਹੁਤ ਚਿਰ ਦੇ ਕਹਿੰਦੇ ਮੈਂ ਪੇਪਰ ਦੇਣਾ ਸੀ, ਪਰ ਜਿਹੜੇ ਸਕੂਲ ਵਾਲੇ ਸੀਗੇ ਉਹ ਕਹਿੰਦੇ ਨਹੀਂ ਹੱਲੇ ਨਹੀਂ, ਤੇਰੀ ਬਾਰੀ ਹੱਲੇ ਨਹੀਂ, ਤੂੰ ਪੇਪਰ ਦੇਣਾ ਹੈਗਾ। ਅੱਛਾ, ਨਾਲੇ ਹਾਂਜੀ ਸਟੂਡੈਂਟਸ, ਗੁੱਡ ਨਿਊਜ਼ ਇਹ ਵੀ ਹੈ ਕਿ ਅਸੀਂ ਬਹੁਤ ਜਲਦੀ ਇਨਸ਼ਾਅੱਲਾ ਪੇਪਰ ਵੀ ਖੁਦ ਅਪਲਾਈ ਕਰਾਂਗੇ, ਸਾਡੀ ਗੱਲਬਾਤ ਚੱਲ ਰਹੀ ਹੈ ਮੋਟੋਰਾਈਜ਼ਡ ਸੋਨੇ ਵਾਲਿਆਂ ਨਾਲ,
ਤੇ ਅਸੀਂ ਆਪੇ ਹੀ ਸਟੂਡੈਂਟ ਦਾ ਪੇਪਰ ਅਪਲਾਈ ਕਰਾਂਗੇ ਕਾਫੀ ਮੈਂ ਦੇਖ ਰਿਹਾ ਮੁਸ਼ਕਿਲ ਆਉਂਦੀ ਹੈ ਸਟੂਡੈਂਟਸ ਨੂੰ ਹਾਂਜੀ ਔਰ ਥੋੜਾ ਜਿਹਾ ਸਾਡੀ ਕਮਜ਼ੋਰੀ ਹੈ ਕਿ ਅਸੀਂ ਇੰਨੇ ਜੋਗੇ ਨਹੀਂ ਹੈ ਕਿ ਆਪੇ ਡਾਕੂਮੈਂਟ ਲੈ ਕੇ ਤੇ ਅਪਲਾਈ ਕਰੀਏ ਪਰ ਬਹੁਤ ਜਲਦੀ ਸਟੂਡੈਂਟ ਸੇਵੀ ਹੋਏਗੀ ਸਰਵਿਸ ਅਸੀਂ ਸ਼ੁਰੂ ਕਰ ਰਹੇ ਹਾਂ ਹਾਂਜੀ ਅੱਛਾ ਜੀ ਅਮਰਜੀਤ ਸਿੰਘ ਸਾਹਿਬ ਪਾਸ ਹੋਏ ਨੇ ਜੀ ਬੇਟੀ ਬਹੁਤ ਖੁਸ਼ ਹੋਣੀ ਹੈ ਗੱਡੀ ਦੀ ਸਰਵਿਸ ਹਾਂਜੀ ਇਹ ਬਹੁਤ ਗਿੱਧਾ ਪਾਉਂਦੀ ਸੀ ਜੀ ਕਹਿੰਦੇ ਮੈਨੂੰ ਲੈ ਕੇ ਨਹੀਂ ਜਾਂਦੇ ਘੁੰਮਣ ਫੇਰਨ ਕੀ ਹਾਲ ਚਾਲ ਹੈ ਬੇਟੀ ਕਾ ਚਾਓ ਕਰਦੇ ਚਾਓ ਚਾਓ ਮਾਸ਼ਾਅੱਲਾ ਬਹੁਤ ਪਿਆਰੀ ਬਿਟੀਆ ਜੀ ਕੀ ਨਾਮ ਹੈ ਆਪਕਾ ਨਾਮ ਦੱਸਦੇ ਕੌਮ ਵਿੱਚ ਕੀ ਆਮ ਅਮਰੀਤ 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 ਕਿਤਨੀ ਪਿਆਰੀ ਬਿਟੀਆ ਹੈ ਮਾਸ਼ਾਅੱਲਾ ਭਾਈ ਅਮਰੀਤ ਵੀ ਜ਼ਰੂਰ ਪਤੰਤੇ ਕਰੇਗੀ ਅਮਰੀਤ ਆਪ ਖੁਦ ਗਾੜੀ ਚਲਾਓ ਪਾਪਾ ਨੇ ਪਤੰਤੇ ਲਾਇਆ अच्छा वाह जी वाह अच्छा अमरीत ऐसा करो सब स्टूडेंट्स को बोलो कि सारे पास होंगे बोल दो नहीं आंदी अच्छा माशाल्लाह थोड़ी समझ घट आंदी है हां जी छोटे बच्चियां दे कोलू ना बल्कि स्टूडेंट्स दुआ कराया करो छोटे बच्चियां दी दुआ कबूल होंदी है माशाल्लाह देखो साडी बिटिया लो जी जसकारण जी ए तुहाडी धी राणी माशाल्लाह आ गई इंटरव्यू विच बहुत शुक्रिया जी सब।